بسم اللہ الرحمن الرحیم السلام علیکم ناظرین و سامعین آج 18 اگست 2021 اور آپ اپنا یوٹیوب چینل دیکھ رہے ہیں اور میں ہوں محمد اشرف صاحبزادہ ہمارے ایک بزرگ ہیں بہت پیارے جناب افضل صاحب یہ گجر خان سے ہیں سینئر سٹیزن ہیں اور उनके चंद एक सवालात हैं मैंने सुन लिए हैं एक एक करके उनके सारे सवालात के जवाब दिए जाएंगे तो पहला बढ़ते हैं पहला सवाल उनका ये बेटे उनके या कोई पोते होंगे वो असिस्ट करें وعلیکم السلام سر میں افضل عرض کر رہا ہوں جی میری جان گجر خان تو جی میری جان سر عرض ہے پہلے کچھ چند دن پہلے ایک گزارش کی سی کہ میں دو گائیاں رکھی ہیں ایک فریزن ایک سائی وال ٹھیک انہوں سات سات مہینے سمجھو ہو گئے نے ٹھیک اچھا جڑی ایک تو فریزن ہی ہے ਉਹਦਾ ਦੁੱਧ ਨਹੀਂ ਘਟਣਾ ਪਿਆ ਇਹ ਬੜਾ ਮਸਲਾ ਹੋ ਰਿਹਾ ਦੁੱਧ ਕਾਫੀ ਉਹਦਾ ਇਸ ਲਈ ਵੀ ਇੱਕ ਟਾਈਮ ਚ ਹੋਈ ਹੈ ਤਾਂ ਵੀ 7-8 ਕਿਲੋ ਦੁੱਧ ਉਸਦੇ ਥੱਲੇ ਹੈ ਉਹਦਾ ਕੀ ਕਰੀਏ ਸਹੀਵਾਲ ਵਾਲੀ ਜਿਹੜੀ ਹੈ ਉਹ ਤਾਂ ਤਕਰੀਬਨ ਖਤਮ ਹੋ ਖੁਸ਼ਕ ਹੋ ਗਈ ਹੈ ਅੱਛਾ ਅੱਛਾ ਸਰ ਇਹ ਇਹਨਾਂ ਵਾਸਤੇ ਕੋਈ ਗੁਜ਼ਾਰਿਸ਼ ਚਾਹੀਦੀ ਹੈ ਵੀ ਇਹ ਉਸਨੇ ਸੁਕਾਉਣ ਵਾਸਤੇ افضل صاحب جیڑی چنگی نسل ہے وہ اسی طرح کردی ہے تو کونی تسی دودھ لیندے رہو کوئی مسئلہ نہیں ہے آخری مہینے تک خشک ہو جائے یہ ستویں مہینے ضروری تے نہیں نہ ہونی خشک کر دیو ਲੈਂਦੇ ਰਹੋ ਬਿਸਮਿਲਾ ਕਰਕੇ ਜਦੋਂ ਤੱਕ ਦਿੰਦੀ ਹੈ ਅੱਛਾ ਦੁੱਧ ਫਿਰ ਹੌਲੀ ਹੌਲੀ ਇਹਨੂੰ ਵੰਡਾ ਮੈਂ ਆਖਿਆ ਸੀ ਘਟਾ ਦੇਣਾ ਉਹ ਵੰਡਾ ਘਟਾ ਦੇਣਾ ਉਹ ਖੁਸ਼ਕ ਕਰਨ ਵਾਲਾ ਇੱਕ ਵੰਡਾ ਮੈਂ ਫਾਰਮੂਲਾ ਤੁਹਾਨੂੰ ਦਿੱਤਾ ਅਤੇ ਜਿਹਦੇ ਵਿੱਚ ਉਹ ਯੂਰੀਆ ਵਾਲੀ ਤੂੜੀ ਵਾਲਾ ਜ਼ਿਕਰ ਸੀ ਯੂਰੀਆ ਟ੍ਰੀਟਿਡ ਤੂੜੀ ਤੁਹਾਡਾ ਮੈਂ ਦੂਸਰਾ ਵੀ ਉਹਦਾ ਜਵਾਬ ਵੀ ਦਿਆਂਗਾ ਲੇਕਿਨ ਇਹਦੇ ਐਸੇ ਵਕਤ ਹੀ ਮੈਂ ਇਹਦੇ ਇਹਨੂੰ ਨਿਬੇੜਦੇ ਹਾਂ ਕਿ ਉਹਨੂੰ ਤੁਸੀਂ ਫਿਲਹਾਲ ਸਿਰਫ ਉਹਦੇ 'ਚੋਂ ਖਲ ਘਟਾਉਣੀ ਬੰਦ ਕਰਨੀ ਹੈ ਬਾਕੀ ਜੋ ਪੱਠੇ ਨੇ ਤੁਹਾਡੇ ਕੋਲ ਜੋ ਹੈ ਚਾਰਾ ਉਹ ਦਿਓ ਪਾਉਂਦੇ ਰਹੋ ਇਹਨੂੰ ਬਿਸਮਿਲਾ ਕਰਕੇ ਔਰ ਹੌਲੀ ਹੌਲੀ ਕਰਕੇ ਦੁੱਧ ਇਹ ਖੁਸ਼ਕ ਕਰਨਾ ਇਹਨੂੰ ਔਰ ਇਹ ਹੁੰਦੀਆਂ ਹੀ ਨਹੀਂ ਹਨ ਇਹ ਬੜੀਆਂ ਅਖੀਰ ਤੱਕ ਦੁੱਧ ਦਿੰਦੀਆਂ ਰਹਿੰਦੀਆਂ ਨੇ ਇਹ ਤਾਂ ਬੜੀ ਪਿਆਰੀ ਚੀਜ਼ ਹੈ ਨਾ ਫਰੀਜ਼ੀਅਨ ਜਿਹੜੀ ਹੈ ਉਹ ਬਹੁਤ ਅੱਛੀ ਹੈ ਅਤੇ ਉਹ ਖੁਸ਼ਕ ਕੋਈ ਗੱਲ ਨਹੀਂ ਆਖਰੀ ਮਹੀਨੇ ਕਰ ਲਾਂਗੇ ਨੌਵਾਂ ਮਹੀਨਾ ਜਿਸ ਵੇਲੇ ਹੋ ਜਾਏਗਾ ਨਾ ਅਤੇ 9 ਮਹੀਨੇ ਅਤੇ ਬਾਜ਼ ਔਕਾਤ ਤਾਂ ਤੁਹਾਨੂੰ ਪਤਾ 9.5 ਮਹੀਨੇ ਲੈ ਜਾਂਦੀ ਹੈ ਗਾਂ ਜਿਹੜੀ ਹੈ ਉਹ ਅੱਜ ਮੈਂ ਬਲਕਿ ਇੱਕ ਕਿਸੇ ਨੇ ਸਵਾਲ ਕੀਤਾ ਸਾ ਮੈਨੂੰ ਮੇਰੇ ਕੋਲੋਂ ਅਤੇ ਮੈਂ ਕਿਹਾ ਇੱਕ 283 ਦਿਨ 287 ਦਿਨ ਵੀ ਲੈ ਜਾਂਦੀ ਹੈ ਟੋਟਲ ਅਤੇ ਕੋਈ ਨਹੀਂ ਅੱਲਾ ਫਜ਼ਲ ਕਰੇਗਾ ਹੌਲੀ ਹੌਲੀ ਕਰਕੇ ਸਿਰਫ ਖਲ ਬੰਦ ਕਰ ਲਓ ਬਾਕੀ ਪੱਠੇ ਛੱਠੇ ਦਿੰਦੇ ਖਵਾਉਂਦੇ ਰਹੋ ਹੌਲੀ ਹੌਲੀ ਔਰ ਫਿਰ ਇਹ ਆਹਿਸਤਾ ਆਹਿਸਤਾ ਆਈਏ ਨਹੀਂ ਅੱਗੇ ਅਗਲੇ 8ਵੇਂ ਮਹੀਨੇ 'ਚ ਜਿਸ ਵੇਲੇ ਅੱਧਾ ਅੱਗੇ 8ਵਾਂ ਮਹੀਨਾ ਚੜ੍ਹ ਜਾਏਗਾ ਫਿਰ ਤੁਸੀਂ ਇੱਕ ਟਾਈਮ ਇਹਨੂੰ ਚੋਣਾ ਸ਼ੁਰੂ ਕਰ ਦੇਣਾ ਫਿਰ ਇਨਸ਼ਾਅੱਲਾ ਤਾਲਾ ਆਹਿਸਤਾ ਆਹਿਸਤਾ ਚਵਾਈ ਘੱਟਦਿਆਂ ਇਹ ਖੁਸ਼ਕ ਹੋ ਜਾਏਗੀ ਅਖੀਰ ਤੱਕ ਇਹ ਬੜੀ ਅੱਛੀ ਚੀਜ਼ ਹੈ ਇਹ ਬਹੁਤ ਬਿਹਤਰੀਨ ਬਰੀਡ ਹੈ ਫਰੀਜ਼ੀਅਨ ਠੀਕ ਹੈ ਔਰ ਦੁਆਵਾਂ 'ਚ ਯਾਦ ਰੱਖਿਆ ਜੇ ਮੈਂ ਤੁਹਾਡਾ ਦੂਸਰਾ ਵੀ ਸਵਾਲ ਲੈਣਾ ਇੱਕ ਇੱਕ ਕਰਕੇ ਮੈਂ ਇਸ ਵਾਸਤੇ ਲੈ ਰਿਹਾ ਕਿਉਂਕਿ ਤੁਸਾਂ ਇੱਕੋ ਕਾਲ 'ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਲੇਕਿਨ ਮੈਂ ਤੁਹਾਡੇ 3 ਸਵਾਲ ਜਿਹੜੇ ਨੇ
ਉਹ ਬਣਾਏ ਨੇ, ਪਹਿਲਾਂ ਖੁਸ਼ਕ ਕਾਲਾ, ਫਿਰ ਦੂਸਰਾ ਵੀ ਦੱਸਣਾ ਮੈਂ ਤੁਹਾਨੂੰ ਜਿਹੜਾ ਤੁਸੀਂ ਦੂਸਰਾ ਸਵਾਲ ਕੀਤਾ। ਠੀਕ ਹੈ, ਔਰ ਦੁਆਵਾਂ ਵਿੱਚ ਯਾਦ ਰੱਖਣਾ ਫੀ ਮਾਨ ਲਾ। ਅੱਲਾਹੁ ਅਕਬਰ ਕਬੀਰ। ਔਰ ਇਸ ਪ੍ਰੋਗਰਾਮ ਕਾ ਇਖਤਤਾਮ ਕਰਤੇ ਹੈ ਇਸ ਹਦੀਸ ਮੁਬਾਰਕ ਪਰ। ਹਜ਼ਰਤ ਅਬੂ ਹਰੇਰਾ ਰਜ਼ੀ ਅੱਲਾਹ ਤਾਲਾ ਅਨਹੋ ਕਹਤੇ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਹਸਨ ਬਿਨ ਅਲੀ ਨਵਾਸੇ ਕਾ ਬੋਸਾ ਲਿਆ। ਉਸ ਵਕਤ ਆਪਕੇ ਪਾਸ ਅਕਰਾ ਬਿਨ ਹਾਬਿਸ ਰਜ਼ੀ ਅੱਲਾਹ ਤਾਲਾ ਅਨਹੋ ਬੈਠੇ ਥੇ। ਇਸ ਪਰ ਅਕਰਾ ਬੋਲੇ, ਮੇਰੇ 10 ਬੇਟੇ ਹੈਂ, ਮੈਨੇ ਇਨਮੇ ਸੇ ਕਭੀ ਕਿਸੀ ਕਾ ਬੋਸਾ ਨਹੀਂ ਲਿਆ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਉਨਕੀ ਤਰਫ ਦੇਖਾ ਔਰ ਫਿਰ ਫਰਮਾਇਆ, ਜੋ ਰਹਿਮ ਨਹੀਂ ਕਰਤਾ ਉਸ ਪਰ ਰਹਿਮ ਨਹੀਂ ਕੀਆ ਜਾਤਾ। ਅੱਲਾਹ ਅਕਬਰ ਕਬੀਰ। ਦੁਆਓਂ ਮੇਂ ਯਾਦ ਰੱਖੇ ਫੀ ਮਾਨ ਲਾ, ਯੇ ਬੁਖਾਰੀ ਔਰ ਮੁਸਲਿਮ ਸੇ ਕੋਟ ਕਰ ਰਹਾ ਹੂੰ। ਅੱਲਾਹ ਅਕਬਰ।